ਤਾਂ ਉਧਰੋਂ ਚੰਡੀਗੜ੍ਹ ਦੇ ਵਿੱਚ ਮਿੰਟੂ ਜੀ ਪੀਜੀ ਦੇ ਵਿੱਚ ਹੀ ਕਹਿੰਨੇ ਕਿ ਬਾਥਰੂਮ ਦੇ ਵਿੱਚ ਕੈਮਰੇ ਲਾ ਰੱਖੇ ਸੀ ਕੁੜੀਆਂ ਦਾ ਪੀਜੀ ਆ ਜੀ ਚੱਲ ਕੀ ਰ ਇਧਰੋਂ ਲੁਧਿਆਣੇ ਦੇ ਵਿੱਚ ਵੀ ਖਬਰ ਆ ਰਹੀਆਂ ਸੀਗਾ ਉੱਥੇ ਵੀ ਲੋਕ ਪੇਟੀ ਜਾਂਦੇ ਸੀ ਕਹਿੰਦੇ ਕਿ ਨਾਲ ਆ ਪੀਜੀ ਆ ਇੱਥੇ ਸਾਡੇ ਦੇਵਪਾਰ ਚੱਲਦਾਗਾ ਤੇ ਉੱਥੇ ਜਦੋਂ ਸੀਵੇਰੇ ਦਾ ਟੱਕਣ ਚੁੱਕਾ ਉੱਥੇ ਕਹਿੰਨੇ ਕਿ ਬਈ ਕੌਂਡਮ ਕੌਂਡਮ ਹੋਇਆ ਬਲੌਕ ਹੋਇਆ ਪਊਦੋਂ ਪਤਾ ਲੱਗੇ ਪਤਾ ਨਹੀਂ ਕਿੱਥੇ ਚਲੀ ਗਿਆ ਗੱਲ ਇਹ ਆ ਕਿ ਚਲੋ ਦੇਵਪਾਰ ਹੈ ਜਿਹੜਾ ਦੇਵਪਾਰ ਤੇ ਹਸੂਰ ਬਹੁਤ ਸਮੇਂ ਤੋਂ ਤੁਰਿਆ ਆਉਂਦਾ ਜੀ ਦੇਵ ਪਾਰ ਕਰਨ ਵਾਲੀਆਂ ਨਾ ਹੁੰਦੀਆਂ ਤੇ ਪਤਾ ਨਹੀਂ ਕਿੰਨੇ ਨੇ ਬਲਾਤਕਾਰ ਹੋਰ ਕਰਦੇ ਨੇ ਸੀਗੇ। ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ। ਜੀ। ਰੈੱਡ ਲਾਈਟ ਏਰੀਆ ਜੀਬੀ ਰੋਡ ਜੀ। ਪਾਰਸ ਰੋਡ ਮੁੰਬਈ ਇਹ ਇਹ ਇਲਾਕੇ ਨੇ। ਕਦੇ ਤਲਕ ਹਕੀਕਤਾਂ ਤੋਂ ਵਖਰੇ ਹੋਣਾ ਹੋਵੇ ਤੇ ਚਲੇ ਜਾਇਓ। ਕੋਈ ਚੁੱਕ ਕੇ ਵੇਚੀ ਗਈ ਆ, ਕੋਈ ਕੁੱਟ ਕੇ ਉਥੇ ਲਿਆਂਦੀ ਗਈ ਆ। ਕੋਈ ਮਤਲਬ ਕਿ ਢਿੱਡ ਪਾਲਣ ਵਾਸਤੇ ਮਜਬੂਰੀਆਂ ਵੀ ਹੈਗੀਆਂ ਨੇ। ਪਰ ਜੇ ਕੁਝ ਗਲਤ ਹੋ ਰਿਹਾ ਪੁਲਿਸ ਦਾ ਰੋਕਣ ਦਾ ਕੰਮ ਆ। ਠੀਕ ਹੈ ਨਾ ਜੀ ਜੀ ਉਹ ਪੁਲਿਸ ਰੋਕੇ ਪਰ ਗੱਲ ਇਹ ਆ ਕਿ ਜਿੱਥੇ ਕੁੜੀਆਂ ਰਹਿ ਰਹੀਆਂ ਨੇ ਜਾਂ ਜਾ ਕੇ ਕੋਈ ਹੋਟਲ ਚ ਜੋੜਾ ਰਹਿ ਰਿਆ ਇਸੇ ਤਰ੍ਹਾਂ ਕੋਰੀਆ ਚ ਇੱਕ ਬਹੁਤ ਵੱਡਾ ਰੈਕੋਰਡ ਨਿਕਲਿਆ ਸੀਗਾ ਜੀ ਸ਼ਾਇਦ 3 ਕੁ ਸਾਲ ਪਹਿਲਾਂ 30 ਹੋਟਲਾਂ ਦੇ ਕਮਰਿਆਂ ਚੋਂ ਸਪਾਈ ਕੈਮਰੇ ਫੜੇ ਗਏ ਸਨ ਬੜਾ ਤਕੜਾ ਸਕੈਂਡਲ ਸੀਗਾ ਉਹ ਤੇ ਚਨਈ ਦੇ ਵਿੱਚ ਆ 5 ਦਿਨ ਪਹਿਲਾਂ ਹੋਸਟਲ ਚੋਂ ਕੈਮਰੇ ਨਿਕਲੇ ਕੁੜੀਆਂ ਦੇ ਹੋਸਟਲ ਚ ਇਦਾਂ ਹੀ ਕਰਨਾਟਕ ਦੇ ਵਿੱਚ ਉਡੂਪਈ ਹੈ ਉੱਥੇ ਕੁੜੀਆਂ ਦੇ ਹੋਸਟਲ ਚ ਕੈਮਰੇ ਨਿਕਲਾਏ ਇਹ ਅੱਜ ਕੱਲ ਬਹੁਤ ਤਗੜਾ ਧੰਦਾ ਹੈ ਬਹੁਤ ਤਗੜਾ ਧੰਦਾ ਹੈ ਜੀ ਜੋੜੇ ਜਿਹੜੇ ਹੁੰਦੇ ਨੇ ਨਵੇਂ ਵਿਆਹੇ ਜੋੜੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਹੁਣ ਜਾ ਕੇ ਚਲੋ ਫਿਜ਼ੀਕਲ ਤੇ ਹੋਣਾ ਹੀ ਆ ਜੀ ਜਦੋਂ ਘੁੰਮਣ ਫਿਰਨ ਗਏ ਕਿਤੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਲੁਕਵੇਂ ਕੈਮਰੇ ਲਾ ਕੇ ਰਿਕਾਰਡਿੰਗਾਂ ਕੀਤੀਆਂ ਗਈਆਂ ਉਹ ਰਿਕਾਰਡਿੰਗਾਂ ਵੇਚੀਆਂ ਗਈਆਂ ਇਹ ਇਹ ਹਕੀਕਤਾਂ ਨੇ ਜੀ ਹੁਣ ਜਿਹੜਾ ਕਾਰਨਾਮਾ ਇਹ ਹੋਇਆ ਗੰਦਾ ਕਾਰਨਾਮਾ ਕਹੂੰਗਾ ਕਰਤੂਤ ਹੀ ਆ ਜੀ ਜੋ ਇਹਨਾਂ ਕੀਤੀ ਹੁਣ ਦੋ ਫੜੇ ਨੇ ਉਹਦੇ ਵਿੱਚ ਦੋ ਜਿਹੜੇ ਉਹ ਫੜੇ ਨੇ ਮੁੰਡਾ ਤੇ ਕੁੜੀ ਕਿਉਂਕਿ ਕੁੜੀ ਨਾਲ ਰਹਿੰਦੀ ਸੀ ਕੁੜੀਆਂ ਨੂੰ ਸ਼ੱਕ ਹੋਇਆ ਕਿ ਇਸੇ ਨੇ ਲਵਾਇਆ ਉਹ ਗੀਜ਼ਰ ਤੇ ਕਿਤੇ ਚਮਕਦਾ ਸੀ ਕਿਉਂਕਿ ਚਮਕੀਲੀ ਮਤਲਬ ਕਿ ਉਹਨਾਂ ਨੂੰ ਪਈ ਝਲਕ ਸ਼ੱਕ ਹੋਇਆ ਹੁਣ ਕਿਉਂਕਿ ਆਮ ਪੀਜੀ ਛੋਟੇ-ਛੋਟੇ ਤੁਹਾਨੂੰ ਪਤਾ ਹੈ ਇੱਕ ਅੱਧਾ ਹੀ ਵਾਸ਼ਰੂਮ ਹੁੰਦਾ ਉਹਦੇ ਵਿੱਚ ਜੀ ਉਹ ਸਾਰੀਆਂ ਬੱਚੀਆਂ ਨੇ ਸਾਰੀਆਂ ਕੁੜੀਆਂ ਨੇ ਉਹੀ ਵਰਤਣਾ ਹਾਂਜੀ ਫਲੋਰ ਤੇ ਕੋਈ ਦੋ ਕਮਰੇ ਨੇ ਤੇ ਇੱਕ ਵਾਸ਼ਰੂਮ ਇਹਦਾ ਮਤਲਬ ਕਿ ਆਪ ਵੀ ਜਾਂਦੀ ਹੋਏਗੀ ਉੱਥੇ ਰਿਕਾਰਡਿੰਗ ਤੇ ਫਿਰ ਉਹਦੀ ਵੀ ਹੁੰਦੀ ਹੋਣੀ ਕਿਉਂ ਉਹਦੋਂ ਬੰਦ ਹੋ ਜਾਂਦਾ ਹੈਗਾ ਇਹ ਨਹੀਂ ਪਤਾ ਕਿ ਢੀ ਉਹ ਹੁਣ ਕੀ ਉਹਨੂੰ ਕਹੀਏ ਕਿ ਢੀ ਤੂੰ ਨਕਮੀ ਤੈਨੂੰ ਮਰਜ਼ੇ ਤੂੰ ਸੋਚ ਤੇ ਸਹੀਂ ਕਿ ਇਦਾਂ ਹੀ ਉਹ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਹੋਇਆ ਸੀ ਉਹ ਮਾਮਲਾ ਕੁਝ ਹੋਰ ਨਿਕਲਿਆ ਤੁਹਾਨੂੰ ਪਤਾ ਨਾ ਉਹ ਪਹਿਲਾਂ 60 ਦਾ ਰੌਲਾ ਪਿਆ ਬਾਅਦ ਦੇ ਵਿੱਚ ਕੁਝ ਵੀ ਨਹੀਂ ਹੋ ਜਮਾਨਤਾਂ ਹੋ ਗਈਆਂ ਸੀ ਨਾਲ ਦੀ ਨਾਲ ਜੀ ਜਿੰਦਾ ਵੱਡਾ ਉਹ ਸਕੈਂਡਲ ਪਹਿਲਾਂ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਬਿਨਾ ਕਿਸੇ ਜਾਂਚ ਪੜਤਾਲ ਤੋਂ ਬਿਨਾ ਕਿਸੇ ਤੱਥ ਤੋਂ ਕਿਸੇ ਚੀਜ਼ ਨੂੰ ਸਨਸਨੀ ਖੇਜ਼ ਬਣਾ ਦੇਣਾ ਤੇ ਉਸ ਤੋਂ ਬਾਅਦ ਫਾਲੋਅ ਅਪ ਕਿਉਂ ਨਹੀਂ ਕੀਤਾ ਜੀ ਜਿਹੜਾ ਵੱਡਾ ਸਕੈਂਡਲ ਸੀਗਾ ਹਾਈ ਕੋਰਟ ਚ ਜਾ ਕੇ ਅਗਲੇ ਫਾਲੋਅ ਜਮਾਨਤਾਂ ਲੱਗੇ ਸੀਗੇ ਇੱਕ ਦੀ ਤਾਂ ਛੇਟ ਹੋਈ ਸੀ ਜਮਾਨਤ ਜੀ ਦੂਜੀ ਤੀਜੀ ਤਾਂ ਨਹੀਂ ਹੋਈ ਸੀਗੀ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ ਜਿਹੜੀ ਆ ਹੋਈ ਆ ਬੜੀ ਗਲਤ ਹੋਈ ਆ ਤੇ ਜਿਹੜੀ ਕੁੜੀ ਆ ਸਭ ਤੋਂ ਸ਼ਰਮਨਾਕ ਗੱਲ ਤੇ ਆ ਕਿ ਜਿਹੜਾ ਮੁੰਡਾ ਤੈਨੂੰ ਇਸ ਤਰ੍ਹਾਂ ਦੀ ਹਰਕਤ ਵਾਸਤੇ ਪ੍ਰੇਰਤਾ ਹੈ ਪ੍ਰੇਰਦਾ ਹੈ ਜਾਂ ਉਕਸਾਉਂਦਾ ਹੈ ਉਹ ਕਦੇ ਤੇਰਾ ਨਾ ਤਾਂ ਸੱਚਾ ਦੋਸਤ ਹੋ ਸਕਦਾ ਨਾ ਲਵਰ ਹੋ ਸਕਦਾ ਨਾ ਹੀ ਹਸਬੰਡ ਬਣ ਸਕਦਾ ਉਹ ਕੱਲ ਨੂੰ ਤੇਰੀਆਂ ਵੀ ਵੀਡੀਓ ਬਣਾ ਕੇ ਤੈਨੂੰ ਵੀ ਬਲੈਕਮੇਲ ਕਰ ਸਕਦਾ ਤੈਨੂੰ ਵੀ ਛੰਡ ਸਕਦਾ ਪਾੜ ਸਕਦਾ ਪ੍ਰੇਰਿਤ ਕਿਦੇ ਲਈ ਕਰ ਰਿਹਾ ਜਿਨ੍ਹਾਂ ਦੇ ਨਾਲ ਤੂੰ ਰਹਿਣਾ ਖਾਣਾ ਪੀਣਾ ਉੱਠਣਾ ਉਹੀ ਮੈਂ ਕਹਿ ਰਿਹਾ ਹਾਂ ਜੀ ਕਿ ਵੇਖੋ ਕਿੰਨੀ ਗਲਤ ਹਰਕਤ ਆ ਤੇ ਹੁਣ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜੀ ਉਹ ਰਿਕਾਰਡਿੰਗ ਹੋਈ ਆ ਕੀ ਸਾਰੀ ਦੀ ਸਾਰੀ ਉਹਦੇ ਕੋਲ ਹੀ ਪਈ ਆ ਰਿਕਾਰਡਿੰਗ ਹੋਈ ਵੀ ਆ ਕਿ ਨਹੀਂ ਤੇ ਜਿਹੜੀ ਉਹ ਜਬਤ ਕੀਤੀ ਆ ਕਿਤੇ ਗਾਂ ਤੇ ਨਹੀਂ ਗਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਕੁਝ ਸਾਈਟਾਂ ਤੇ ਇਹ ਕੰਟੈਂਟ ਜਿਹੜਾ ਉਹ ਵਿਕ ਜਾਂਦਾ ਗਾਂ ਜਾ ਕੇ ਹਾਂਜੀ ਇਹ ਪੂਰਨ ਕੰਟੈਂਟ ਸੇਲ ਹੁੰਦਾ ਵਿੱਚ ਵਿਚੋਲੀਏ ਹੁੰਦੇ ਆ ਉਹ ਸਸਤੇ ਜੇ ਭਾਅ ਤੇ ਲੈ ਕੇ ਗਾਂ ਫਿਰ ਉਹਨਾਂ ਦੀਆਂ ਸੈਟਿੰਗਾਂ ਹੁੰਦੀਆਂ ਨੇ ਵੇਚ ਦਿੰਦੇ ਨੇ ਜੀ ਸੋ ਗੱਲ ਇਹ ਆ ਕਿ ਹੁਣ ਇਹ ਸਾਰਾ ਕੁਝ ਹੈ ਜਿਹੜਾ ਪੁਲਿਸ ਨੇ ਨਿਸਤਾਰਾ ਕਰਨਾ ਹੈ ਕਿ ਕੀ ਮਾਮਲਾ ਸੀ ਕੀ ਨਹੀਂ ਹੈ ਪਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਤੇ ਮੈਂ ਵੇਖ ਰਿਹਾ ਸੀਗਾ ਇੱਕ ਵੀਡੀਓ ਦੇ ਵਿੱਚ ਕਿ ਮਾਪੇ ਲੈ ਜਾ ਰਹੇ ਨੇ ਨਾਲ ਦੀ ਨਾਲ ਉੱਥੇ ਪਹੁੰਚੇ ਵਿਚਾਰੇ ਉੱਥੇ ਇੱਕ ਤਰ੍ਹਾਂ ਨਾਲ ਕਹਿੰਦੇ ਬੁੰਦਲੇ ਹੋਣੇ ਕਿ ਸਾਡੀ ਕੁੜੀ ਦੀ ਜੇ ਇਸ ਤਰ੍ਹਾਂ ਦੀ ਕੋਈ ਵੀਡੀਓ ਨਿਕਲ ਗਈ ਗਾਂ ਸ਼ਾਦੀ ਹੋਣੀ ਆ ਤੁਹਾਨੂੰ ਪਤਾ ਬਾਲ ਬੱਚੇ ਦਾ ਸੋ ਇਹ ਜੋ ਹੋਇਆ ਬਹੁਤ ਗਲਤ ਹੋਇਆ ਪੁਲਿਸ ਨੂੰ ਚਾਹੀਦਾ ਕਿ ਪਹਿਲਾਂ ਤੇ ਚੰਗੀ ਤਰ੍ਹਾਂ ਇਹ ਜਾਂਚ ਪਰਖ ਲਿਆ ਜਾਵੇ ਕਿ ਕੀ ਇਹ ਕੋਈ ਗਰੋਹ ਆ ਜੀ ਜਾਂ ਉਹਨੇ ਆਪਣੇ ਪੱਧਰ ਤੇ ਕੀਤਾ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਕਈ ਨੈਟਵਰਕ ਵੀ ਕੰਮ ਕਰਦੇ ਨੇ ਤੇ ਕਿਤੇ ਇਹ ਨਾ ਹੋਵੇ ਕਿ ਕੋਈ ਗਰੋਹ ਹੋਵੇ ਇਸ ਤਰ੍ਹਾਂ ਦਾ ਤੇ ਇਹ ਵੀ ਵੇਖਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਚੰਡੀਗੜ੍ਹ ਮੁਹਾਲੀ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਪ੍ਰਾਈਵੇਟ ਜੌਬ ਕਰਦੇ ਆ ਪੜਦੇ ਆ ਜਾਂ ਕੋਚਿੰਗ ਸੈਂਟਰਾਂ ਦੇ ਵਿੱਚ ਕੋਚਿੰਗ ਲੈਂਦੇ ਆ ਉਹਨਾਂ ਦਾ ਜੇ ਨਹੀਂ ਹੱਥ ਪੈਂਦਾ ਕੋਈ ਰਿਸ਼ਤੇਦਾਰ ਤਕੜਾ ਉੱਥੇ ਹੈ ਨਹੀਂਗਾ ਆਪਦੀ ਕੋਈ ਪ੍ਰਾਪਰਟੀ ਹੈ ਨਹੀਂਗੀ ਜਾਂ ਕੋਈ ਲਾਗੋਂ ਪਾਸਿਓ ਕੋਈ ਯਾਰ ਮਿੱਤਰ ਨਹੀਂ ਹੈਗਾ ਤਾਂ ਉਹ ਪੀਜੀ ਚ ਰਹਿੰਦੇ ਨੇ ਹੋਸਟਲਾਂ ਚ ਰਹਿੰਦੇ ਨੇ ਜੀ ਤਾਂ ਇਹ ਸਾਰੇ ਪਾਸੇ ਕਿਤੇ ਨਾ ਕਿਤੇ ਵੇਖਣ ਦੀ ਜ਼ਰੂਰਤ ਆ ਤੇ ਥੋੜਾ ਜਿਹਾ ਇਹ ਆ ਕਿ ਸਾਨੂੰ ਆਪਣੇ ਪੱਧਰ ਤੇ ਵੀ ਖਾਸ ਤੌਰ ਤੇ ਕੁੜੀਆਂ ਨੂੰ ਤੇ ਜਾਂ ਜੋੜਿਆਂ ਨੂੰ ਜਦੋਂ ਵੀ ਕਿਤੇ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਠਹਿਰਦੇ ਨੇ ਵੇਖਣਾ ਚਾਹੀਦਾ ਅੱਜਕੱਲ ਤੇ ਸ਼ੀਸ਼ਿਆਂ 'ਚ ਲੱਗੇ ਹੋਏ ਨੇ ਇੱਕ ਵਾਰੀ ਮੈਨੂੰ ਯਾਦ ਆ ਇੱਕ ਕੀਰਤੀ ਖਰਬੰਦਾ ਨਾਂ ਦੀ ਐਕਟਰਸ ਸੀਗੀ ਉਹ ਬੜੀ ਮਤਲਬ ਕਿ ਜਿਹੜੇ ਐਕਟਰਸ ਹੁੰਦੇ ਨੇ ਐਕਟਰਸ ਹੁੰਦੀਆਂ ਨੇ ਜਾਂ ਜਿਹੜੇ ਐਕਟਰ ਹੁੰਦੇ ਉਹ ਬਹੁਤ ਇੰਨਾ ਚੀਜ਼ਾਂ ਦਾ ਖਿਆਲ ਰੱਖਦੇ ਆ ਬਹੁਤ ਖਿਆਲ ਰੱਖਦੇ ਆ ਖਾਸ ਤੌਰ ਤੇ ਖਿਡਾਰੀ ਵੀ ਜਿੰਨੇ ਵੱਡੇ ਸੈਲੀਬ੍ਰਿਟੀ ਹੁੰਦੇ ਆ ਆਪਾਂ ਆਪਾਂ ਗਏ ਹੋਟਲ ਚ ਕਮਰਾ ਲਿਆ ਖੋਲਿਆ ਚਲੋ ਜੋ ਵੀ ਆ ਖਾਦਾ ਪੀਤਾ ਸੁੱਤੇ ਹੁਣ ਜੋੜਾ ਜਿਹੜਾ ਉਹ ਉਹਨਾਂ ਨੂੰ ਤੇ ਖਾਸ ਤੌਰ ਤੇ ਖਾਸ ਤੌਰ ਤੇ ਜਿੰਨੇ ਫਿਜ਼ੀਕਲੀ ਹੁਣਾ ਉੱਥੇ ਜਾ ਕੇ ਉਹ ਤੇ ਵੇਖ ਲਵੇ ਨਾ ਜੀ ਤੇ ਉਹ ਕੁੜੀ ਜਿਹੜੀ ਸੀਗੀ ਐਕਟਰਸ ਉਹਨੇ ਜਾਨੀ ਉਹਨੂੰ ਪਤਾ ਸੀ ਇਹਨਾਂ ਚੀਜ਼ਾਂ ਦਾ ਉਹਨੇ ਹੋਟਲ ਸਟਾਫ ਨੂੰ ਪਹਿਲਾਂ ਬੁਲਾਇਆ ਕਿ ਇੱਥੇ ਆਓ ਦਿਖਾਓ ਸਾਰਾ ਕੁਝ ਜਦੋਂ ਦੇਖ ਰਹੀ ਸੀ ਕਮਾਲ ਦੀ ਗੱਲ ਕਿ ਸੈਟ ਆਫ ਬਾਕਸ ਦੇ ਪਿੱਛੋਂ ਕੈਮਰਾ ਨਿਕਲਿਆ ਅੱਛਾ ਜੀ ਆਪਾਂ ਦੂਜੀਆਂ ਚੀਜ਼ਾਂ ਤੇ ਤੇ ਸ਼ੱਕ ਕਰ ਸਕਦੇ ਆ ਸ਼ੀਸ਼ੇ ਤੇ ਕਰ ਸਕਦੇ ਆ ਕੋਈ ਮਤਲਬ ਕਿ ਟੀਵੀ ਦੇ ਉੱਤੇ ਕੋਈ ਇੱਧਰ ਉੱਧਰ ਮਤਲਬ ਕਿ ਸੈਟ ਆਫ ਬਾਕਸ ਐਡੀ ਕਿ ਚੀਜ਼ ਹੈ ਤੇ ਉਹਦੇ ਚ ਛੇਤੀ ਸ਼ੱਕ ਵੀ ਨਹੀਂ ਹੋਣਾ ਕੋਈ ਕੋਈ ਲਾਈਟ ਲੂਟ ਜੋ ਜਦੋਂ ਆਪਾਂ ਨੱਪਦੇ ਹਾਂ ਰਿਮੋਟ ਵਗੈਰਾ ਉਹ ਜਗਦੀਆਂ ਰਹਿੰਦੀਆਂ ਨੇ ਇੱਕਦੇ ਲਾਈਟ ਉਹਦੇ ਵੈਸੇ ਹੀ ਚੱਲਦੀ ਹੁੰਦੀ ਹੈ ਹਾਂਜੀ ਚੱਲਦੀ ਰਹਿੰਦੀ ਆ ਮਤਲਬ ਕਿ ਦਿਮਾਗ ਦੇਖੋ ਉਹਨੇ ਫੜਾਤਾ ਸੀਗਾ ਸੀ ਆਦਰਵਾਇਸ ਚਲੋ ਹੁੰਦਾ ਕਿ ਅਗਲਾ ਕਹਿੰਦਾ ਲਾਈਟ ਬੰਦ ਕਰਕੇ ਦੇਖ ਲਓ ਕਿ ਕੈਮਰਾ ਜਗਾ ਹਾਂ ਬਿਲਕੁਲ ਉਹ ਇਦਾਂ ਦੀਆਂ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਲਾਈਟ ਬੰਦ ਕਰਕੇ ਉਹ ਮੋਬਾਈਲ ਵੀ ਕਹਿੰਦੇ ਆ ਕਿ ਜੇ ਤੁਸੀਂ ਲਾਓਗੇ ਕਾਲ ਕਾਲਿੰਗ ਲਾਓਗੇ ਜੇ ਇਸ ਤਰ੍ਹਾਂ ਦਾ ਕੋਈ ਡਿਵਾਈਸ ਚੱਲਦਾ ਉਹਦੇ ਵਿੱਚ ਵੀ ਕਾਲਿੰਗ ਦੇ ਵਿੱਚ ਵੀ ਕਿਤੇ ਨਾ ਕਿਤੇ ਨਾ ਜਿੱਦਾਂ ਕਹ ਲਓ ਕਿ ਉਹ ਹੁੰਦੀ ਆ ਡਿਸਟਰਬੈਂਸ ਕਰਨੇ ਤਾਂ ਹਾਂ ਬਿਲਕੁਲ ਜੀ ਐਕਸਪਰਟ ਕਹਿੰਦੇ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਤੇ ਇਸ ਤਰ੍ਹਾਂ ਇੱਕ ਕਾਰਡ ਦਾ ਵੀ ਕਹਿੰਦੇ ਕਿ ਸ਼ੀਸ਼ੇ ਦੇ ਵਿੱਚ ਤੁਸੀਂ ਕਾਰਡ ਲਾ ਕੇ ਨਾ ਕੁਝ ਇਸ ਤਰ੍ਹਾਂ ਉਹ ਵੀ ਤੁਸੀਂ ਜਾਂਚ ਪਰਖ ਕਰ ਸਕਦੇ ਹੋ ਪਰ ਇਹ ਜ਼ਰੂਰ ਹੈ ਕਿ ਥੋੜਾ ਇਸ ਪ੍ਰਤੀ ਅਵੇਰ ਰਹਿਣ ਦੀ ਲੋੜ ਆ ਜੀ 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 ਤੇ ਇਹਦੇ ਨਾਲ ਮਿੰਟੂ ਜੀ ਇੱਕ ਚੀਜ਼ ਹੋਰ ਵੀ ਆ ਕਿ ਬਾਈ ਇਹ ਵੀ ਚੀਜ਼ ਦੇਖਣ ਦੀ ਜ਼ਰੂਰਤ ਹੁਣ ਜਿਵੇਂ ਬਹੁਤ ਸਾਰੇ ਡਿਵਾਈਸਸ ਇਦਾਂ ਦੇ ਆ ਰਹੇ ਨੇਗੇ ਮਾਰਕੀਟ ਦੇ ਵਿੱਚ ਕਿ ਕੋਈ ਚਾਰਜਰ ਆ ਅਡੈਪਟਰ ਆ ਉਹਦੇ ਵਿੱਚ ਵੀ ਆ ਕੇ ਫਿੱਟ ਹੋ ਕੇ ਆ ਜਾਂਦਾ ਜਿੱਦਾਂ ਪੈਨ ਪੁੰਡੇ ਤਾਂ ਆਮ ਹੀ ਹੋ ਗਿਆ ਗੱਲਾਂ ਤਾਂ ਮਤਲਬ ਇਹ ਕਿ ਥੋੜਾ ਜਿਹਾ ਦਿੱਤੇ ਮਿਲਣ ਤੇ ਤੁਹਾਡਾ ਫੋਨ ਹੀ ਸਭ ਤੋਂ ਤਕੜਾ ਹੈ ਕੰਮ ਕਰਦਾ ਹੈ ਜੀ ਤੁਹਾਨੂੰ ਪਤਾ ਹੈ ਇਹ ਤੁਹਾਡੀਆਂ ਗੱਲਾਂ ਵੀ ਸੁਣਦੇ ਨੇ ਤੁਹਾਨੂੰ ਪਤਾ ਹੈ ਇਹ ਕਿਉਂਕਿ ਤੁਹਾਡੇ ਕੋਲੋਂ ਇਹਨਾਂ ਨੇ ਪਰਮਿਸ਼ਨਾਂ ਲਈਆਂ ਹੁੰਦੀਆਂ ਨੇ ਹਾਂਜੀ ਹਰੇਕ ਤੁਹਾਡਾ ਮਾਈਕ ਆਨ ਹੁੰਦਾ ਸਾਰਾ ਕੁਝ ਹੁੰਦਾ ਤੁਹਾਡੀਆਂ ਗੱਲਾਂ ਤੁਹਾਡੀ ਲੋਕੇਸ਼ਨ ਸਭ ਕੁਝ ਪਤਾ ਹੈ ਜੀ ਹਜ਼ੂਰੇ ਤੇ ਬੜੀ ਵੱਡੀ ਗੇਮ ਹੈ ਹਾਂ ਜੀ ਸੋ ਮਤਲਬ ਕਿ ਆਮ ਤੌਰ ਤੇ ਜੇ ਤੁਸੀਂ ਵੇਖੋਗੇ ਇੱਕ ਮੈਂ ਪੰਜਾਬੀ ਐਕਟਰ ਬਾਰੇ ਸੁਣਿਆ ਕਿ ਉਹ ਕਦੇ ਵੀ ਫੋਨ ਯੂਜ਼ ਨਹੀਂ ਕਰਦਾ ਅੱਛਾ ਜੀ ਹਾਂ ਜੀ ਬਹੁਤ ਤਗੜਾ ਐਕਟਰ ਮੈਂ ਨਾਂ ਨਹੀਂ ਲੈਂਦਾ ਚਲੋ ਮੈਂ ਸੁਣਿਆ ਉਹਦੇ ਬਾਰੇ ਕਿ ਉਹ ਆਪਦਾ ਫੋਨ ਨਹੀਂ ਇੱਕ ਤੇ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਟੀਮ ਕੰਮ ਕਰਦੀ ਹੈ ਫੋਨ ਯੂਜ਼ ਜਿਹੜਾ ਕਰਨਾ ਹੈ ਉਹ ਆਪਦੇ ਅਸਿਸਟੈਂਟ ਦਾ ਹੀ ਕਰਨਾ ਹੈ ਚਲੋ ਅਗਲੇ ਬੰਦੇ ਨੇ ਆਪਣੀ ਪ੍ਰਾਈਵੇਸੀ ਰੱਖੀ ਹੋਈ ਹੈ ਤੇ ਆਪਣੇ ਆਪ ਨੂੰ ਫੋਨ ਤੋਂ ਦੂਰ ਰੱਖਿਆ ਸਮਾਰਟ ਫੋਨ ਹਾਂ ਇਹ ਵੀ ਚੀਜ਼ ਹੈ ਮਤਲਬ ਕਿ ਦੋ ਚੀਜ਼ਾਂ ਨੇ ਸੋ ਗੱਲ ਇਹ ਆ ਕਿ ਇਹ ਬਹੁਤ ਖਤਰਨਾਕ ਖੇਡਾਂ ਨੇ ਜੀ ਆ ਜਿਹੜਾ ਆਪਾਂ ਚੱਕੀ ਫਿਰਦੇ ਆ ਨਾ ਨਾਲ ਇਹ ਬਹੁਤ ਕੁਝ ਕਰ ਦਿੰਦਾ ਇਹਦੇ ਵਿੱਚ ਪੈਗਾਸਸ ਜਦੋਂ ਪਾ ਦਿੰਦੇ ਆ ਨਾ ਸਰਕਾਰ ਵਾਲੇ ਹਜ਼ੂਰ ਸਭ ਕੁਝ ਗਿਆ ਗਿਆ ਕੰਮ ਸੇ ਤਾਂ ਬਹੁਤ ਇਹਦਾ ਵੀ ਤਗੜਾ ਰੋਣਾ ਟੋਣਾ ਆ ਸਬ ਬਚ ਕੇ ਰਹੋ ਬਚ ਕੇ ਮੋੜ ਤੋਂ ਜੀ 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 ਤਾਂ ਇਹਦੇ ਨਾਲ ਇਧਰੋਂ ਖੁਸ਼ ਢਿਲੋ ਜੀ ਕਹਿ ਰਹੇ ਸੀ ਜੀ ਕਿ ਬਠਿੰਡਾ ਜਿਲ੍ਹਾ ਹਾਈਟਸ ਦੇ ਵਿੱਚ ਨੰਬਰ 1 ਦੇ ਉੱਤੇ ਆ ਜੀ ਕਹਿੰਦੇ ਕਿ ਛੋਟੀ ਉਮਰ ਦੇ ਜਿਹੜੇ ਉਹ ਨਰਸਾਂ ਵੀ ਪੀੜਤ ਹੋ ਚੱਲੀਆਂ ਨੇ ਜੀ ਆਹ ਬਾਈ ਦੇ ਪਿਛਲੇ ਦਿਨੀ ਇੱਕ ਰਿਪੋਰਟ ਵੀ ਛੱਪੀ ਸੀ ਅੰਕੜੇ ਬੜੇ ਆਉਂਦੇ ਇਸ ਤਰ੍ਹਾਂ